ਹਾਂ ਜੀ ਮਰੀ ਮਾਰ ਰੋਡ ਤੇ ਪਹੁੰਚੇ ਆਂ ਔਰ ਇੱਥੇ ਜਨਾਬੇ ਜੀ ਸਭ ਤੋਂ ਪਹਿਲਾਂ ਹਾਂ ਇੱਕ ਕਮਰਾ ਲਿਆ ਹੋਵੇ ਔਰ ਕਮਰੇ ਦਾ 5500 ਰੁਪਿਆ ਮੰਗਦਾ ਸੀ ਤੇ ਦਿੱਤਾ ਹਾਂ 2700 ਰੁਪਿਆ ਵੇ ਬਾਰਗਲਿੰਗ ਕਰਕੇ ਠੀਕ ਹੈ ਤੇ ਕਮਰਾ ਵੀ ਬਿਹਤਰੀਨ ਤੁਹਾਡੇ ਸਾਹਮਣੇ ਮੈਟਰਸ ਇੱਕ ਐਕਸਟਰਾ ਪੇ ਹੈ ਕਮਰੇ ਵਿੱਚ ਸਮਾਨ ਵਗੈਰਾ ਧਰ ਕੇ ਜਿਹੜਾ ਕੋ ਸਾਡੇ ਕੋਲ ਥੋੜਾ ਬਲਾ ਹੈ ਸੀ ਤੇ ਉਸ ਤੋਂ ਬਾਅਦ ਉਹ ਇੱਥੇ ਪਹੁੰਚਿਆ ਸੀ ਜੀਪੀਓ ਚੌਂਕ ਜੀ ਔਰ ਇੱਥੇ ਜੀਪੀਓ ਚੌਂਕ ਨੂੰ ਜੀਪੀਓ ਚੌਂਕ ਕਹਿੰਦੇ ਕਿਉਂ ਨੇ ਇੱਥੇ ਜੀਪੀਓ ਮਿਊਜ਼ੀਅਮ ਹੈ ਇਸ ਵਜ੍ਹਾ ਤੋਂ ਇਹ ਜੀਪੀਓ ਚੌਂਕ ਤਾਂ ਰਾਤ ਨੂੰ ਮਸ਼ਹੂਰ ਜਗ੍ਹਾ ਵੇ ਔਰ ਇੱਥੋਂ ਜਨਾਬ ਮਾਰ ਰੋਡ ਸ਼ੁਰੂ ਹੁੰਦਾ ਹੈ ਔਰ ਕੈਂਟ ਤੱਕ ਜਾਂਦਾ ਹੈ ਮਾਰ ਰੋਡ ਜੀਪੀਓ ਚੌਕ ਤੇ ਨਿਕਲੇ ਆ ਤੇ ਚੱਲੇ ਆ ਕੈਂਟ ਗੇਟ ਵੱਲ ਇਹ ਜਨਾਬ ਰਸਤੇ 'ਚ ਹੋਟਲ ਆ ਗਿਆ ਭੁ ਆਈਏ ਚਿਕਨ ਕੜਾਈ ਸੁਣਿਆ ਹੈ ਕਿ ਇੱਥੇ ਜਨਾਬ ਮਗਾਈ ਬਹੁਤ ਜ਼ਿਆਦਾ ਹੈ ਲੇਕਿਨ ਗਿਆਈ ਤੇ ਨਜ਼ਰ ਨਹੀਂ ਆਂਦੀ ਭਲਾ ਤੱਕ ਕਿਉਂਕਿ ਜਿਨ੍ਹਾਂ ਕੋ ਇਹ ਚਿਕਨ ਕੜਾਈ ਵੇਖੀ ਹੈ ਤੇ ਇਹ ਵੀ ਸਸਤੀ ਹੈ ਕਿ ਹੋਰ ਬੋਰਡ ਲੱਗਿਆ ਹੀ ਉਥੇ 1050 ਦੀ ਫੁੱਲ ਕੜਾਈ ਹੈ ਇਹ ਵੇਖੋ ਜੀ ਬੜੀ ਮਾਸੂਮ ਜੀ ਬੱਚੀ ਹੈ ਦੇ ਹੱਥੇ ਥਰਮਾਸ ਫੜਾਏ ਆ ਚਾਹ ਆ ਤੇ ਚਾਹ ਪੀ ਪਿਆ ਵੇ ਬਾਜ਼ਾਰ ਦੇ ਵਿੱਚ ਤੇ ਉਹ ਵਿਚਾਰੀ ਨਿੰਦਰ ਦੀ ਮਾਰੀ ਜਾਰੀ ਇੱਥੇ ਹੀ ਬਾਜ਼ਾਰ ਦੇ ਵਿੱਚ ਥਰਮਾਸ ਤੇ ਸਿਰ ਧਰ ਕੇ ਸੁੱਤੀ ਹੈ ਔਰ ਇਹ ਇੱਥੇ ਰੈਸਕਿਊ ਦੀ ਗੱਡੀ ਖਲੋਤੀ ਹੈ 1122 ਵਾਲਿਆਂ ਦੀ ਕਿ ਸਾਰੀ ਗੱਲੇ ਯਾਰ ਕਿਸੇ ਨੂੰ ਕੋਈ ਮਸਲਾ ਮਸਾਇਲ ਹੋਵੇ ਤੇ ਇ होटल भी नेकामीकल होटल भी नेस्ती है कुछ मजदूर पाइयिया रखी ने जीपीओ चौक तो लग के लगा के लेंगे दो त्रेक सौ रुपया ला सारा फराट राइार वजन चेक कर रखे इतना मरीज तक साढ़े नौ 10 ਵਜੇ ਪਹੁੰਚਿਆ ਮੈਂ ਤੇ ਇੱਥੇ ਤਕਰੀਬਨ 20 21 ਟੈਂਪਰੇਚਰ ਹੈ ਤੇ ਇੱਥੇ ਜਨਾਬੇ ਚਾਹ ਵਾਲੇ ਜਗਾ ਜਗਾ ਤੇ ਸਟਾਲ ਲੱਗੇ ਨੇ ਔਰ ਇੱਥੇ ਹਲਕੀ ਹਲਕੀ ਠੰਡ ਜੀ ਮਹਿਸੂਸ ਹੁੰਦੀ ਹੈ ਪੇ ਤੇ ਆ ਜਨਾਬ ਚਾਹ ਵਾਲੇ ਨੇ ਦੇ ਨਾਲ ਚਾਹ ਦਾ ਕੱਪ ਲੈਨੇ ਆ ਤੇ ਪੀਨੇ ਆ ਚਾਹ ਇਹਨਾਂ ਦੀ ਜਨ ਵਾਲੇ ਚੈੱਕ ਕਰਨੇ ਚਾਹ ਕਿੰਨੀ ਬਣਾਉਂਦੇ ਨੇ ਐ ਜਨਾਬ ਅਹੀ ਇਹਦੇ ਕੋਲ ਬੈਠੇ ਨੂੰ ਆਖਿਆ ਚਾਹ ਦਾ ਆਰਡਰ ਕੀਤਾ ਇਹਨੇ ਚਾਹ ਦਾ ਕੱਪ ਦਿੱਤਾ ਚਾਹ ਪੀਤੀ ਇਹਦੇ ਸੁਰਕੀ ਲਾਈਏ ਤੇ ਕੋਈ ਮਜ਼ਾ ਨਹੀਂ ਆਇਆ ਤੇ 300 ਰੁਪਏ ਦੀ ਕੱਪ ਚਾਹ ਦਿੱਤੀ ਔਰ ਇੱਥੇ ਜਨਾਬ ਜੀਪੀਓ ਚੌਕ ਤੋਂ ਲੱਗ ਕੇ ਤੇ ਕੈਂਟ ਗੇਟ ਤੱਕ ਇਹ ਗੱਡੀਆਂ ਲੈ ਕੇ ਜਾਂਦੀਆਂ ਐ ਫਰਾਕ ਲੈ ਕੇ ਆਂਦੀਆਂ ਐ ਵਨ ਸਾਈਡ ਦੇ ਇਹ ਲੈਂਦੇ ਨੇ 100 ਰੁਪਇਆ ਯਾਨੀ ਕਿ 200 ਰੁਪਇਆ ਚੱਕਰ ਲਵਾਂ। ਜਿਵੇਂ ਸੁਣਿਆ ਸੀ ਕਿ ਡ్రਾਈ ਫਰੂਟ ਮਰੀਏ ਚ ਬੜਾ ਸਸਤਾ ਹੈ ਤੇ ਐਡਾ ਕੋ ਖਾਸਮ ਖਾਸ ਫਰਕ ਨਹੀਂ ਥੋੜਾ ਜਿਹਾ ਫਰਕ ਹੈ। ਸਹੀ ਹੈ ਲੇਕਿਨ ਥੋੜਾ ਜਿਹਾ ਫਰਕ ਹੈ। 19 ਵੀ ਯਾਨੀ ਕਿ ਜਿਵੇਂ 2400 ਰੁਪਏ ਬਾਦ ਆਮ ਇਥੇ ਦਿੰਦੇ ਨੇ ਕਿਲੋ ਤੇ ਬਾਹਰ 2600 ਰੁਪਏ। ਕਿਤੇ ਜਨਾਬ ਉਹਨਾਂ ਦੱਸਿਆ ਕਿ 1853 ਤੋਂ ਲੈ ਕੇ 1947 ਦਾ ਕਿਸ ਤਰ੍ਹਾਂ ਸੀ ਔਰ ਉਸ ਤੋਂ ਬਾਦੋਂ 1947 ਤੋਂ ਲੈ ਕੇ ਤੇ 2000 ਤੱਕ ਜਨਾਬ ਇਸ ਤਰ੍ਹਾਂ ਡਿਵੈਲਪਮੈਂਟ ਹੋਈ ਔਰ ਅੱਗੇ ਉਹਨਾਂ ਦੱਸਿਆ ਕਿ 2000 ਤੋਂ ਲੈ ਕੇ 2021 ਤੱਕ ਇਸ ਤਰ੍ਹਾਂ ਡ एवं अठारह पॉइंट ने अठारह पॉइंट दस तरीके ने, ने, ने डिवेलपमेंट हुई है मैं तो इतने मरीज पॉइंट की गया वहां बाकी सारे पॉइंट तो नहीं वेखे महारोड जनाब आती अगर आओ शाम बड़ा ज्यादा रौनक होंगी है राति बाकी अगर इतना आते हो तो कोई भी शह लैनी हो चाहे होटल का कमरा हो चाहे कोई शॉपिंग हो बारगनिंग बगैर ना लिया जाए क्योंकि बारगेनिंग करने बगैर जनाब इतना सौधा महंगा ली तो वीडियो पसंद आई हो अगर पसंद आई हो लाइक जरूर कर छे बस ਤੇ ਨਹੀਂ ਆਪਣਾ ਤੇ ਆਪਣੇ ਪਿਆਰਿਆਂ ਦਾ ਖਿਆਲ ਰੱਖਿਆ ਜੇ ਅੱਲਾਹ ਹਾਫਿਜ਼